ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਜੀ ਦੋਸਤੋ ਅੱਜ ਜੀਕੇ ਨਾਲ ਸੰਬੰਧਿਤ ਤੁਹਾਡੇ ਲਈ ਲੈਕਚਰ ਲੈ ਕੇ ਆਏ ਆਂਗੇ ਭਾਰਤ ਦੇ ਵਿੱਚ ਬ੍ਰਿਟਿਸ਼ ਇੰਡੀਆ ਕੰਪਨੀ ਦਾ ਜਿਹੜਾ ਈਸਟ ਇੰਡੀਆ ਕੰਪਨੀ ਦਾ ਬ੍ਰਿਟਿਸ਼ ਸਰਕਾਰ ਦਾ ਜਿਹੜਾ ਰਾਜ ਸੀਗਾ ਉਹਦੇ ਵਿੱਚ ਜਦੋਂ ਲਾਰਡ ਸਾਰੇ ਕੰਮ ਕਰ ਰਹੇ ਸੀ ਵੱਖ-ਵੱਖ ਪਦਵੀਆਂ ਤੇ ਕਦੇ ਉਹਨਾਂ ਨੂੰ ਗਵਰਨਰ ਜਨਰਲ ਕਹਿੰਦਾ ਕਦੇ ਉਹਨਾਂ ਨੂੰ ਵਾਈਸ ਰਾਏਸ ਬਣਾਤਾ ਕਦੇ ਬੰਗਾਲ ਦਾ ਗਵਰਨਰ ਜਨਰਲ ਬਣਾਤਾ ਇਸ ਤਰ੍ਹਾਂ ਉਹ ਸਾਰੇ ਜਿਹੜੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਸੀਗੇ ਜਿਹੜੇ ਚਲਾਉਂਦੇ ਸੀਗੇ ਭਾਰਤ ਦੇ ਵਿੱਚ ਰਾਜ ਨੂੰ ਆਪਣੀਆਂ ਨੀਤੀਆਂ ਨੂੰ ਸੋ ਸਾਰੇ ਕਵਰ ਕਰ ਰਹੇ ਹਾਂ ਆਪਾਂ ਕਿਉਂਕਿ ਮਾਡਰਨ ਹਿਸਟਰੀ ਦੇ ਵਿੱਚ ਉਹਨਾਂ ਨਾਲ ਸੰਬੰਧਿਤ ਹੀ ਪ੍ਰਸ਼ਨ ਸਾਰੇ ਜੁੜੇ ਹੁੰਦੇ ਨੇ ਕਿਵੇਂ ਨਾ ਕਿਵੇਂ ਸੋ ਆਪਾਂ 6-7 ਪਹਿਲਾਂ ਕਰ ਚੁੱਕੇ ਹਾਂ ਜਿਹੜੇ ਇੰਪੋਰਟੈਂਟ ਨੇ ਉਹ ਹੀ ਕਰਾਂਗੇ ਵਿੱਚੋਂ ਜਿਨ੍ਹਾਂ ਨੇ ਕੋਈ ਖਾਸ ਕੰਮ ਨਹੀਂ ਕੀਤਾ ਉਹ ਆਪਾਂ ਛੱਡਦੇ ਤੁਰੇ ਜਾ ਰਹੇ ਹਾਂ ਡੇਟ ਵਾਈਜ਼ ਅੱਗੇ ਚੱਲਦੇ ਰਹਾਂਗੇ ਜੀ ਆਪਾਂ ਸੋ ਲਾਰਡ ਵਿਲੀਅਮ ਬੈਟਕ ਤੇ ਆ ਚੁੱਕੇ ਹਾਂ ਜੀ ਆਪਾਂ 1828 ਤੋਂ 1835 ਦਾ ਜਿਹੜਾ ਸਮਾਂ ਉਹਨੂੰ ਕਵਰ ਕਰਾਂਗੇ ਆਪਾਂ ਇਹ ਤੋਂ ਪਹਿਲਾਂ ਕਰ ਚੁੱਕੇ ਸੀ ਜਿਹੜਾ ਤੁਹਾਨੂੰ ਆਪਾਂ ਕਰਵਾਇਆ ਸੀ ਮੜਾ ਜ ਆਪਾਂ ਤੁਹਾਡੀ ਨਿਗਾ ਮਰਵਾ ਦਿੰਦੇ ਆ ਇੱਕ ਵਾਰੀ ਇਹ ਕਰਵਾਇਆ ਸੀ ਜੀ ਲਾਰਡ ਹੇਸਟਿੰਗਸ 1813 ਤੋਂ 1823 ਇਹਦੇ ਵਿੱਚ ਦੋ ਹੀ ਗੱਲਾਂ ਮਸ਼ਹੂਰ ਸੀਗੀਆਂ ਪ੍ਰੈਸ ਤੇ ਲੱਗੀ ਰੋਕ ਸੀ ਜਿਹੜੀ ਉਹ ਹਟਾ ਦਿੱਤੀ ਸੀ ਇਹਨੇ ਤੇ ਤੀਜਾ ਅੰਗਰੇਜ਼ ਮਰਾਠਾ ਜੁੱਧ ਇਹਨੇ ਜਿੱਤਿਆ ਸੀ ਇਹ 1813 ਤੋਂ 1823 ਸੀ ਅੱਗੇ ਡੇਟ ਵਾਈਜ਼ ਚੱਲਾਂਗੇ 1828 ਤੋਂ 1835 ਜੇ ਕੋਈ ਵਿੱਚ ਘੱਟ ਇੰਪੋਰਟੈਂਟ ਆਉਣਾ ਹੁੰਦਾ ਉਹਨੂੰ ਪਛਾੜ ਦਿੰਦੇ ਆ ਤੁਸੀਂ ਗੱਲ ਨੂੰ ਸਾਰੀ ਨੂੰ ਸਮਝ ਗਏ ਵੀਡੀਓ ਨਾਲ ਜੁੜੇ ਰਹੋ ਭਰਾ ਅਜ ਉਹ ਚੱਲਦੇ ਆ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਤੁਹਾਡੇ ਬਹੁਤ ਸਾਰੇ ਜ਼ਿਆਦਾ ਬਹੁਤ ਜ਼ਿਆਦਾ ਪ੍ਰਸ਼ਨ ਕਲੀਅਰ ਹੋ ਜਾਣੇ ਆ ਇੱਥੋਂ ਜੇਕਰ ਤੁਸੀਂ ਇਹ ਸਿਸਟਮ ਨੂੰ ਇਹ ਸਟੋਰੀ ਨੂੰ ਇਹ ਜੇ ਫਿਲਮ ਨੂੰ ਤੁਸੀਂ ਸਮਝ ਗਏ ਜਿਹੜੀ ਇਹ ਬਣਾ ਲੈਣੀ ਆ ਤੁਸੀਂ ਦਿਮਾਗ 'ਚ ਜਿਵੇਂ ਆਪਣੇ ਨਾ ਇਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੰਮ ਕਰਦੇ ਹੁੰਦੇ ਆ ਸ਼ੁਰੂ ਤੋਂ ਹੁਣ ਤੱਕ ਕਿ ਉਹ ਕੀੜੇ ਨੇ ਕਿਹੜੀ ਨੀਤੀ ਲਿਆਂਦੀ ਕੀ ਕੰਮ ਕਰਿਆ ਕਿਹੜੀ ਕਾਨੂੰਨ ਪਾਸ ਕੀਤਾ ਇਹ ਉਹੀ ਗੱਲ ਹੈ ਬਸ ਇਹ ਉਦੋਂ ਬ੍ਰਿਟਿਸ਼ ਇੰਡੀਆ ਬ੍ਰਿਟਿਸ਼ ਸਰਕਾਰ ਵੇਲੇ ਦਾ ਸਮਾਂ ਹੈਗਾ ਮਾਡਰਨ ਹਿਸਟਰੀ ਦੇ ਵਿੱਚ ਆ ਜਾਂਦਾ ਲਾਰਡ ਵਿਲੀਅਮ ਬੈਟਕ ਤੋਂ ਸ਼ੁਰੂ ਕਰ ਲੈਨੇ ਆ 1828 1835 ਤੱਕ ਦੂਜਾ ਲੈਕਚਰ ਇਹਦੇ ਨਾਲ ਸੰਬੰਧਿਤ ਆਪਾਂ ਤਿੰਨ ਚਾਰ ਲੈਕਚਰ ਲਾਵਾਂਗੇ ਜੁੜੇ ਰਹੋ ਬੰਗਾਲ ਦਾ ਆਖਰੀ ਗਵਰਨਰ ਜਨਰਲ ਅਤੇ ਭਾਰਤ ਦੀ ਕੰਪਨੀ ਵੱਲੋਂ ਪਹਿਲਾ ਗਵਰਨਰ ਜਨਰਲ ਬੈਰੀ ਇੰਪੋਰਟੈਂਟ ਗੱਲ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਬੰਗਾਲ ਦਾ ਆਖਰੀ ਗਵਰਨਰ ਜਨਰਲ ਮਤਲਬ ਬੰਗਾਲ ਦੇ ਪਹਿਲਾਂ ਬੰਗਾਲ ਦਾ ਗਵਰਨਰ ਜਨਰਲ ਬਣਾਇਆ ਹੋਇਆ ਸੀਗਾ ਜਿਵੇਂ ਲਾਰਡ ਹੇਸਟਿੰਗ ਪੜਿਆ ਆਪਾਂ ਨਾ ਲਾਰਡ ਹੇਸਟਿੰਗ ਉਹਨੂੰ ਮਤਲਬ ਬੰਗਾਲ ਨੂੰ ਖਤਮ ਕਰਕੇ ਇਕੱਲੇ ਬੰਗਾਲ ਦੇ ਗਵਰਨਰ ਜਨਰਲ ਦੀ ਥਾਂ ਤੇ ਭਾਰਤ ਦਾ ਕੰਪਨੀ ਵੱਲੋਂ ਪਹਿਲਾ ਗਵਰਨਰ ਜਨਰਲ ਆਤਾ ਪੂਰੇ ਭਾਰਤ ਦਾ ਕਰਤਾ ਇੱਥੇ ਗੱਲ ਨੂੰ ਸਮਝ ਗਏ ਹੋਵੋਗੇ ਤੁਸੀਂ ਪਹਿਲਾਂ ਮਤਲਬ ਬੰਗਾਲ ਦਾ ਗਵਰਨਰ ਹੀ ਹੁੰਦਾ ਸੀ ਉਹ ਕੱਲਾ ਬੰਗਾਲ ਲੈਵਲ ਦਾ ਸੋ ਉਹਨੂੰ ਇਹ ਜਦੋਂ ਇਹਨੂੰ ਪੂਰੇ ਭਾਰਤ ਦਾ ਬਣਾਇਆ ਲਾਰਡ ਵਿਲੀਅਮ ਬੈਟਕ ਨੂੰ ਫਿਰ ਇਹ ਬੰਗਾਲ ਦਾ ਤਾਂ ਆਖਰੀ ਹੋ ਗਿਆ ਤੇ ਭਾਰਤ ਦਾ ਭਾਰਤ ਦਾ ਕੰਪਨੀ ਵੱਲੋਂ ਪਹਿਲਾ ਗਵਰਨਰ ਜਨਰਲ ਹੋ ਗਿਆ ਸੋ ਅਗਰ ਅਗਲਾ ਦੇਖਦੇ ਹਾਂ ਕੀ ਗੱਲ ਹੈ ਗੈਰ ਜ਼ਰੂਰੀ ਨੌਕਰੀਆਂ ਦਾ ਅੰਤ ਕਰਨ ਵਾਲਾ ਜਿਹੜੀਆਂ ਗੈਰ ਜ਼ਰੂਰੀ ਨੌਕਰੀਆਂ ਸੀ ਉਹਨਾਂ ਦਾ ਇਹਨੇ ਅੰਤ ਕਰ ਦਿੱਤਾ ਸੀ ਜਿਨ੍ਹਾਂ ਦੀ ਲੋੜ ਨਹੀਂ ਸੀ ਵੀ ਇਹਨਾਂ ਤੇ ਐਵੇਂ ਖਰਚਾ ਹੁੰਦਾ ਹੈ ਕੰਪਨੀ ਵਿੱਚ ਭਾਰਤੀ ਨੂੰ ਨੌਕਰੀਆਂ ਦੇਣ ਵਾਲਾ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਦੇ ਵਿੱਚ ਭਾਰਤੀਆਂ ਨੂੰ ਪਹਿਲਾਂ ਨੌਕਰੀਆਂ ਨਹੀਂ ਦਿੱਤੀਆਂ ਹੋਈਆਂ ਸੀ ਕੋਈ ਕਲੈਰੀਕਲ ਪੋਸਟ ਤੇ ਕਿਸੇ ਵੀ ਕਿਸਮ ਤੇ ਸੋ ਕੰਪਨੀ ਦੇ ਵਿੱਚ ਭਾਰਤੀਆਂ ਨੂੰ ਨੌਕਰੀਆਂ ਦਿੱਤੀਆਂ ਸੀ ਇਹਨੇ ਲਾਰਡ ਵਿਲੀਅਮ ਬੈਟਕ ਨੇ ਕਰਮੁਕਤ ਜਗੀਰਾਂ ਨੂੰ ਵਾਪਸ ਲੈਣ ਵਾਲਾ ਸੋ ਜਿਹੜੀਆਂ ਕਰ ਤੋਂ ਬਿਨਾ ਮੁਕਤ ਜਗੀਰਾਂ ਸੀਗੀਆਂ ਸੋ ਉਹਨਾਂ ਨੂੰ ਵਾਪਸ ਲੈਣ ਵਾਲਾ ਸੀ ਲੈਣ ਵਾਲਾ ਬੰਦਾ ਸੀ ਇਹ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਜ਼ਿਉਰੀ ਪ੍ਰਥਾ ਨੂੰ ਸ਼ੁਰੂ ਕਰਨ ਵਾਲਾ ਅਗਲਾ ਦੇਖਦੇ ਹਾਂ ਜੀ ਆਪਾਂ ਨਰਵਲੀ ਦਾ ਅੰਤ ਕੁੜੀਆਂ ਨੂੰ ਮਾਰਨ ਤੇ ਰੋਕ ਠੱਗੀ ਦਾ ਅੰਤ ਸਤੀ ਪ੍ਰਥਾ ਤੇ ਰੋਕ ਪਿਤਰੀ ਜਾਇਦਾਦ ਦਾ ਹੱਕ ਦੇਣ ਵਾਲਾ ਸੋ ਬੈਰੀ ਇੰਪੋਰਟੈਂਟ ਗੱਲਾਂ ਨੇ ਜਿਹੜਾ ਬੈਟਕ ਆ ਨਾ ਬਿਲਿਅਮ ਬੈਟ ਆਹਾਂ ਬਿਲਿਅਮ ਬੈਟਕ ਲਾਰਡ ਬਿਲਿਅਮ ਬੈਟਕ ਇਹਨੇ ਬਹੁਤ ਸਾਰੀਆਂ ਮਾੜੀਆਂ ਪ੍ਰਥਾਵਾਂ ਦਾ ਅੰਤ ਕਰਿਆ ਸੀਗਾ ਜੇਕਰ ਇਹਨੇ ਸਮਾਜ ਦੇ ਵਿੱਚ ਚੱਲ ਰੀਆਂ ਮਾੜੀਆਂ ਪ੍ਰਥਾਵਾਂ ਦਾ ਅੰਤ ਕਰਿਆ ਸੀ ਤਾਂ ਭਾਰਤੀ ਲੋਕ ਉਹਨਾਂ ਹੀ ਇਹਦੇ ਖਿਲਾਫ ਸੀ ਕਿਉਂਕਿ ਭਾਰਤੀ ਲੋਕਾਂ ਦੀ ਸਮਝ ਜੀ ਮੇਰੇ ਅੱਜ ਤੱਕ ਸਮਝ ਨਹੀਂ ਆਈ ਦਿਮਾਗ 'ਚ ਵੀ ਇਹ ਤਰਮਜੇ ਨਾਲ ਹੀ ਬਦਤ ਚੱਲਦੇ ਆ ਇਹਨਾਂ ਦਾ ਕੰਮ ਇਹ ਹੁੰਦਾ ਵੀ ਜਿਹੜੀ ਸਾਡੀ ਰੀਤੀ ਰਿਵਾਜ ਬਣਿਆ ਚਾਹੇ ਉਹ ਮਾੜੀ ਆ ਬੰਦੇ ਨੂੰ ਮੌਤ ਦੇ ਘਾਟ ਲੈ ਜਾਣ ਵਾਲਾ ਪਰ ਉਹ ਸਾਡਾ ਬਣਿਆ ਰਹੇ ਕਹਿਣ ਦਾ ਮਤਲਬ ਉਦਾਹਰਨ ਦੇਣਾ ਮੈਂ ਤੁਹਾਨੂੰ ਭਾਰਤੀ ਲੋਕਾਂ ਦੇ ਸਭਿਆਚਾਰ ਸਿ ਸਤੀ ਪ੍ਰਥਾ ਦੀ ਹੈਗੀ ਸੀ ਇਹ ਰੀਤੀ ਸੋ ਇਹਨੇ ਬੈਟਕ ਨੇ ਉਹ ਬੰਦ ਕਰਤੀ ਕਾਨੂੰਨ ਬਣਾਤਾ 1829 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਕਹਿਣ ਤੇ ਤਾਂ ਲੋਕਾਂ ਨੇ ਇਹਦਾ ਬਹੁਤ ਸਾਰਾ ਵਿਰੋਧ ਕਰਿਆ ਵੀ ਇਹ ਸਾਡਾ ਸੱਭਿਆਚਾਰ ਸੀ ਇਹ ਸਾਡਾ ਰਸਮ ਰਿਵਾਜ ਸੀ ਇਹ ਬੰਦੇ ਨੇ ਘਾਟ ਗਲਤ ਕਰਤਾ ਇਹ ਕਰਤਾ ਤੁਸੀਂ ਸਮਝ ਗਏ ਗੱਲਾਂ ਨੂੰ ਹਨਾ ਸੋ ਆਪਾਂ ਅੱਗੇ ਦੇਖਦੇ ਹਾਂ ਸਾਰੀਆਂ ਮੈਂ ਦੁਬਾਰੇ ਪੜਦਾ ਵੀ ਕਿਹੜੀਆਂ-ਕਿਹੜੀਆਂ ਪ੍ਰਥਾਾਂ ਉਹਨੇ ਜਿਵੇਂ ਜੋਰੀ ਪ੍ਰਥਾ ਸ਼ੁਰੂ ਕੀਤੀ ਸੀ ਠੀਕ ਹੈ ਨਰ ਬਲੀ ਦਾ ਅੰਤ ਕੀਤਾ ਸੀ ਉਦੋਂ ਬੰਦਿਆਂ ਨੂੰ ਫੜ ਕੇ ਉਹਨਾਂ ਦੀ ਬਲੀ ਦੇ ਦਿੰਦੇ ਸੀਗੇ ਕੁੜੀਆਂ ਨੂੰ ਮਾਰਨ ਤੇ ਰੋਕ ਲਾਤੀ ਸੀ ਵੀ ਕੁੜੀ ਨੂੰ ਮਾਰਨਾ ਹੀ ਨਹੀਂ ਕਿਸੇ ਨੇ ਠੱਗੀ ਦਾ ਅੰਤ ਕੀਤਾ ਸੀ ਇਹਨੇ ਸਤੀ ਪ੍ਰਥਾ ਤੇ ਰੋਕ ਲਗਾ ਦਿੱਤੀ ਕਿ ਪਿਤਰੀ ਜਾਇਤ ਦਾ ਹੱਕ ਦੇਣ ਵਾਲਾ ਮਤਲਬ ਪਿਤਾ ਦੀ ਜਾਇਦਾਦ ਦੇ ਵਿੱਚ ਉਹਨਾਂ ਦਾ ਹਿੱਸਾ ਮਤਲਬ ਉਹਨਾਂ ਦੀ ਉਹਨਾਂ ਦੇ ਪੁੱਤਰਾਂ ਦਾ ਹਿੱਸਾ ਬਣਦਾ ਹੈ ਉਹ ਮਿਲਣਾ ਚਾਹੀਦਾ ਉਹਨਾਂ ਨੂੰ ਕਲਕੱਤਾ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਵੈਰੀ ਇੰਪੋਰਟੈਂਟ ਹੈ ਕਲਕੱਤਾ ਜਿਹੜੇ ਮੈਡੀਕਲ ਕਾਲਜ ਖੋਲ੍ਹਿਆ ਸੀ ਗ੍ਰਾਂਟ ਟ੍ਰੰਕ ਰੋਡ ਦੀ ਮੁਰੰਮਤ ਕਰਨ ਵਾਲਾ ਸੋ ਗ੍ਰਾਂਟ ਟ੍ਰੰਕ ਰੋਡ ਸੀ ਜਿਹੜੀ ਸੇਰਸਾਰੂ ਸੂਰੀ ਮਾਰਗ ਕਹਿ ਦਿੰਦੇ ਨੇ ਜਿਹਨੂੰ ਇਹਦੀ ਕਈ ਬੰਦਿਆਂ ਨੇ ਮੁਰੰਮਤ ਕਰੀ ਸੀ ਬਾਰ-ਬਾਰ ਸੋ ਇਹਨੇ ਵੀ ਇਹ ਮੁਰੰਮਤ ਕਰੀ ਸੀ ਆਖਰੀ ਲੈਣ ਹੈ ਜਿਹੜੀ ਜੀ ਲਾਰਡ ਮਕਾਲੇ ਦੀ ਮਦਦ ਨਾਲ ਅੰਗਰੇਜ਼ੀ ਭਾਸ਼ਾ ਨੂੰ ਸਿੱਖਿਆ ਦਾ ਮਦਦ ਮਾਦਮ ਬਣਾਉਣ ਵਾਲਾ ਬੈਰੀ ਇੰਪੋਰਟੈਂਟ ਸਾਰੀ ਸਤੀ ਪ੍ਰਥਾ ਤੇ ਇਹ ਗੱਲ ਸਭ ਤੋਂ ਵੱਧ ਇੰਪੋਰਟੈਂਟ ਹੈ ਇਹਦੇ ਵਿੱਚ 1835 ਦੇ ਵਿੱਚ ਮਕਾਲੇ ਵਾਲੀ ਗੱਲ ਆਈ ਸੀ ਸਿੱਖਿਆ ਨਾਲ ਸੰਬੰਧਿਤ ਸੋ ਉਹਦੀ ਮਦਦ ਦੇ ਨਾਲ ਇਹਨੇ ਅੰਗਰੇਜ਼ੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਤਾ ਸੀ ਮਤਲਬ ਭਾਰਤ ਦੇ ਸਕੂਲਾਂ ਦੇ ਵਿੱਚ ਲੈਂਗੁਏਜ ਸੀ ਜਿਹੜੀ ਭਾਸ਼ਾ ਦੀ ਜਿਹੜੀ ਸਿੱਖਣ ਦੀ ਭਾਸ਼ਾ ਸੀ ਸਕੂਲਾਂ ਦੇ ਵਿੱਚ ਉਹ ਇੰਗਲਿਸ਼ ਬਣਾ ਦਿੱਤੀ ਗਈ ਸੀ ਅੰਗਰੇਜ਼ੀ ਬਣਾ ਦਿੱਤੀ ਗਈ ਸੀ ਜਿਹੜਾ ਰਾਜਾ ਰਾਮ ਉਹਨੋਂ رائے ਸੀ ਉਹ ਵੀ ਇਹੀ ਕਹਿੰਦਾ ਸੀ ਵੀ ਸਾਨੂੰ ਕਹਿੰਦਾ ਮਤਲਬ ਲੋਕਾਂ ਦੇ ਹਾਨ ਦਾ ਬਣਨਾ ਪਊਗਾ ਸਾਡੀ ਭਾਸ਼ਾ ਜਿਹੜੀ ਉਹ ਅੰਗਰੇਜ਼ੀ ਹੋਣੀ ਚਾਹੀਦੀ ਹੈ ਸਭ ਪਰ ਮਤਲਬ ਪੱਛਮੀ ਸ਼ਬਦ ਆਦਿ ਜਿਹੜੀ ਪ੍ਰਭਾਵ ਹੈ ਸਿੱਖਿਆ ਦਾ ਉਹ ਵੀ ਇੱਧਰ ਹੋਣਾ ਚਾਹੀਦਾ ਜਿਹੜੇ ਗਾਂਧੀ ਹੋរី ਸੀਗੇ ਇਹ ਕਹਿੰਦੇ ਸੀ ਵੀ ਸਾਡੇ ਮਤਲਬ ਸਾਡੀ ਮਾਤ ਭਾਸ਼ਾ ਦੇ ਵਿੱਚ ਹੀ ਹੋਵੇ ਸੋ ਆਪਣੀ ਆਪਣੀ ਥਾਂ ਤੇ ਸਾਰੇ ਸਹੀ ਸੀ ਲੋਕ ਸੋ ਇਹ ਸਾਰਾ ਮਤਲਬ ਤੁਸੀਂ ਕਵਰ ਕਰ ਲੈਣਾ ਲਾਰਡ ਵਿਲੀਅਮ ਬੈਟਕ ਦੇ ਬਾਰੇ ਕਿੰਨੇ ਪ੍ਰਸ਼ਨ ਆਪਣੇ ਕਲੀਅਰ ਹੋ ਜਾਣੇ ਆ ਸਤੀ ਪ੍ਰਥਾ ਤਾਂ ਜਿਹੜਾ ਅੰਤ ਸੀ ਉਹਦਾ ਐਲਾਨ ਕਰਿਆ ਸੀ 1828 ਦੇ ਵਿੱਚ ਇਹ ਗੱਲ ਯਾਦ ਰੱਖਣਾ 1829 ਚ ਜਾ ਕੇ ਕਾਨੂੰਨ ਬਣਾਤਾ ਸੀ ਵੀ ਇਹ ਸਤੀ ਪ੍ਰਥਾ ਦਾ ਕੰਮ ਖਤਮ ਹੋ ਗਿਆ ਜਿਤੋਂ ਬਾਅਦ ਸੋ ਇਸ ਤਰ੍ਹਾਂ ਸੀਗਾ ਜੀ ਇਹ ਵਿਲੀਅਮ ਬੈਟਕ ਬੰਗਾਲ ਦਾ ਆਖਰੀ ਗਵਰਨਰ ਭਾਰਤ ਦਾ ਕੰਪਨੀ ਵੱਲੋਂ ਪਹਿਲਾ ਗਵਰਨਰ ਜਨਰਲ ਅਗਲਾ ਕਰਦੇ ਆਂ 7 ਨੰਬਰ ਲਾਰਡ ਚਾਰਲਸ ਮੈਟਕਾਫ ਵੈਰੀ ਇੰਪੋਰਟੈਂਟ ਹੈ ਇਹ ਵੀ 1835 ਤੋਂ 36 ਇੱਕ ਸਾਲ ਹੀ ਕੰਮ ਕੀਤਾ ਪ੍ਰੈਸ ਤੇ ਲੱਗੀ ਰੋਕ ਨੂੰ ਹਟਾਉਣ ਵਾਲਾ ਭਾਰਤੀ ਪ੍ਰੈਸ ਦਾ ਮੁਕਤੀਦਾਤਾ ਇਹੇ ਪ੍ਰਸ਼ਨ ਆਹੀ ਪ੍ਰਸ਼ਨ ਬਣਦਾ ਹੁੰਦਾ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ ਪ੍ਰਸ਼ਨ ਪੁੱਛਿਆ ਜਾਂਦਾ ਵੀ ਭਾਰਤ ਭਾਰਤੀ ਪ੍ਰੈਸ ਦਾ ਮੁਕਤੀਦਾਤਾ ਕਿਹਨੂੰ ਕਿਹਾ ਜਾਂਦਾ ਹੈ ਬਸ ਇਹੀ ਮੈਟਕਾਫ ਦੇ ਨਾਮ ਪ੍ਰਸ਼ਨ ਬਣਦਾ ਹੁੰਦਾ ਜ਼ਿਆਦਾਤਰ ਸੋ ਚਾਰਲਸ ਮੈਟਕਾਫ ਕਿਉਂਕਿ ਨੇ ਪ੍ਰੈਸ ਤੇ ਬਹੁਤ ਸਾਰੀਆਂ ਰੋਕਾਂ ਲੱਗੀਆਂ ਹੋਈਆਂ ਸੀ ਬੰਦਸਾਂ ਲੱਗੀਆਂ ਹੋਈਆਂ ਸੀ ਵੀ ਪ੍ਰੈਸ ਨੂੰ ਜੋਜ ਨਹੀਂ ਕਰ ਸਕਦਾ ਸੀ ਆਮ ਬੰਦਾ ਕੋਈ ਇਸ਼ਤਿਹਾਰ ਨਹੀਂ ਸਾਫ ਸਕਦਾ ਸੀ ਜੇਕਰ ਤੁਸੀਂ ਉਦਮ ਸਿੰਘ ਫਿਲਮ ਦੇਖੀ ਹੋਵੇ ਨਾ ਸੀ ਉਦਮ ਸਿੰਘ ਤਾਂ ਉਹਦੇ ਵਿੱਚ ਵੀ ਇੱਕ ਕਿਤੇ ਗੱਲ ਆਉਂਦੀ ਆ ਵੀ ਪਰਚੇ-ਪੁਰਚੇ ਵੀ ਨਹੀਂ ਵੰਡ ਸਕਦਾ ਸੀ ਬੰਦਾ ਕੋਈ ਲਿਖ ਕੇ ਕਿਤੇ ਗੱਲ ਪ੍ਰੈਸ ਦੀ ਮਨਾਹੀ ਸੀ ਵੀ ਹਰੇਕ ਬੰਦੇ ਲਈ ਸੋ ਉਹਦੇ ਕੁਸਨਾਤ ਸੀਗੇ ਉਹ ਤੇ ਪ੍ਰੈਸ ਤੇ ਲੱਗਈ ਇਹਨੇ ਮਤਲਬ ਰੋਕ ਸਾਰੀ ਹਟਾਤੀ ਸੀ ਪ੍ਰੈਸ ਦਾ ਮੁਕਤੀਦਾਤਾ ਲਾਰਡ ਚਾਰਲਸ ਮਟਕਾਫ ਨੂੰ ਬੋਲਿਆ ਜਾਂਦਾ 1835 ਤੋਂ 37 ਤੱਕ ਸਮਾਂ ਸੀ ਇਹਦਾ 8 ਨੰਬਰ ਦੇਖਦੇ ਆਂ ਲਾਰਡ ਆਕਲੈਂਡ 1836 ਤੋਂ 1842 ਤੱਕ ਦਾ ਸਮਾਂ ਆ ਗਿਆ 1847 ਤੱਕ ਪਹੁੰਚਾਂਗੇ ਜੁੜੇ ਰਹੋ ਬੈਠੇ ਰਹੋ ਜੱਜ ਕੇ ਵੀਡੀਓ ਦੇ ਨਾਲ ਦੋ ਤਿੰਨ ਵੀਡੀਓ ਦੇ ਵਿੱਚ ਇਹ ਕਲੀਅਰ ਕਰਾਂਗੇ ਆਪਾਂ ਇੱਕ ਦੇ ਵਿੱਚ ਬੰਦਾ ਨਾ ਥੱਕ ਜਾਂਦਾ ਕਿਉਂਕਿ ਡੇਟਾ ਰੂਟਾਂ ਆਉਂਦੀਆਂ ਨੇ ਹੋਰ ਐ ਇੱਕ ਨੂੰ ਤੁਸੀਂ ਪਕਾ ਲਿਆ ਕਰੋ ਦੋ ਦੋ ਵਾਰੀ ਦੇਖ ਲਿਓ ਇਹਨਾਂ ਨੂੰ ਜ਼ਰੂਰੀ ਨਹੀਂ ਇਹ ਤੁਹਾਡੇ ਲਈ 1900 ਵੈਰੀ ਸੌਰੀ 1947 ਤੱਕ ਪਹੁੰਚਾਂਗੇ 1947 ਤੱਕ ਦੇਖ ਯਾਦ ਕਰਾ ਕੇ ਬਾਹਰ ਕੱਢ ਕੇ ਇਹਨਾਂ ਨੂੰ ਅੰਗਰੇਜ਼ਾਂ ਨੂੰ ਫੇਰ ਹਟਣਾ ਆਪਾਂ ਲਾਰਡ ਆਕਲੈਂਡ 1837 ਤੋਂ 42 ਪਹਿਲਾ ਅੰਗਰੇਜ਼ ਅਫਗਾਨ ਜਿੱਤ ਜੁੱਧ ਸੀ ਜਿਹੜਾ ਉਹ ਜਿੱਤਿਆ ਸੀ ਇਹਨੇ ਮੇਨ ਗੱਲ ਹੈ ਕਿ ਗ੍ਰਾਂਡ ਟ੍ਰੰਕ ਰੋਡ ਜਾਂ ਸ਼ੇਰਸਾਂ ਸੂਰੀ ਮਾਰਗ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਦੀ ਮੁਰੰਮਤ ਵੀ ਇਹਨੇ ਕਰਵਾਈ ਸੀ ਆਕਲੈਂਡ ਨੇ ਇਹਦੀ ਮੁਰੰਮਤ ਕਈ ਜਣੇ ਨੇ ਕਰਵਾਈ ਸੀ ਇਹਦੀ ਲੋਡ ਪੈਂਦੀ ਸੀ ਉਦੋਂ ਲਾਰਡ ਇਨ ਏਲਨ ਬਰੋ ਸੋ ਲਾਰਡ ਏਲਨ ਬਰੋ 1842 ਤੋਂ 1844 85 ਦਾ ਜੰਦ ਜਿੱਤਿਆ ਸੀ ਨੇ 85 ਦਾ ਜੰਦ 1843 ਦੇ ਵਿੱਚ ਸਿੰਧ प्रांत ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਲਾਉਣ ਵਾਲਾ ਸੋ ਸਿੰਧ ਪ੍ਰਾਂਤ ਜਿਹੜਾ ਉਹਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਇਹਨੇ ਲਾਇਆ ਸੀ ਦਾਸ ਪ੍ਰਥਾ ਤੇ پابੰਦੀ ਲਾਈ ਸੀ ਦਾਸ ਪ੍ਰਥਾ ਦਾਸ ਪ੍ਰਥਾ ਦਾ ਅੰਤ ਕਰਤਾ ਸੀ ਬਸ ਇਹਨੇ ਤੁਸੀਂ ਯਾਦ ਰੱਖਿਓ ਦਾਸ ਰੱਖਦੇ ਹੁੰਦੇ ਲੋਕ ਉਦੋਂ ਮਤਲਬ ਗੁਲਾਮ ਰੱਖਦੇ ਹੁੰਦੇ ਖਰੀਦ ਕੇ ਆਪਣੇ ਕੰਮਾਂ ਵਾਸਤੇ ਹਨਾ ਆਪਣੀ ਦੇਖ ਰੇਖ ਵਾਸਤੇ ਸੋ ਉਹ ਪ੍ਰਥਾ ਚੱਲਦੀ ਹੋਈ ਸੀ ਦਾਸ ਖਰੀਦੋ ਫਰੋਖਦੀ ਮਤਲਬ ਲੋਕਾਂ ਨੂੰ ਖਰੀਦਣ ਦੀ ਪ੍ਰਥਾ ਸੀਗੀ ਲੋਕਾਂ ਨੂੰ ਬੰਦਿਆਂ ਨੂੰ ਖਰੀਦਣ ਦੀ ਪ੍ਰਥਾ ਉਹ ਬੰਦ ਹੀ ਕਰਤੀ ਸੀ ਇਸ ਬੰਦੇ ਨੇ ਲਾਰਡ ਐਲਨ ਬਰੋਨ ਨੇ ਵੀ ਮਨੁੱਖੀ ਕਹਾਣ ਆ ਇਹ ਵੀ ਲੋਕਾਂ ਨੂੰ ਤੁਸੀਂ ਖਰੀਦ ਨਹੀਂ ਸਕਦੇ ਸੋ ਅੰਗਰੇਜ਼ਾਂ ਦੀਆਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਵੀ ਸੀਗੀਆਂ ਕਿਤੇ ਆਪਾਂ ਮਤਲਬ ਆਪਣੇ ਤੇ ਰਾਜ ਕਰਦੇ ਸੀ ਉਹ ਗੱਲ ਵੱਖਰੀ ਐ ਬਹੁਤ ਸਾਰੀਆਂ ਨੀਤੀਆਂ ਦੇ ਕਾਰਨ ਆਪਣਾ ਦਮਨ ਕਰਦੇ ਸੀ ਮਾੜਾ ਸੀਗਾ ਪਰ ਉਹਨਾਂ ਦੀਆਂ ਮਤਲਬ ਅਸੀਂ ਕਿਤੇ ਨਾ ਕਿਤੇ ਗੱਲ ਤੋਂ ਇਹ ਲਾ ਸਕਦੇ ਆਂਗੇ ਵੀ ਉਹ ਫੈਸਿਲਿਟੀਆਂ ਲਈ ਅੱਗੇ ਸੀਗੇ ਮਤਲਬ ਚਲੋ ਆਪਾਂ ਇਹ ਤੇ ਫਿਰ ਬੈਂਸਵਾਜੀ ਜੀ ਹੋ ਜਾਂਦੀ ਆਪਾਂ ਅੱਗੇ ਕਰਦੇ ਆਂ ਲਾਰਡ ਹਾਰਡਿੰਗ 1844 ਤੋਂ 1848 ਲਾਰਡ ਹਾਰਡਿੰਗ ਪਹਿਲਾ ਅੰਗਰੇਜ਼ ਸਿੱਖ ਯੁੱਧ ਹੋਇਆ ਸੀ ਜਿਹੜਾ ਉਹ ਜਿੱਤਿਆ ਸੀ ਇਹਨੇ ਲਾਰਡ ਹਾਰਡਿੰਗ ਨੇ ਨਪੋਲੀਅਨ ਨੂੰ ਹਰਾਉਣ ਵਾਲਾ ਜੀ ਨਰਵਲੀ ਪ੍ਰਥਾ ਤੇ ਰੋਕ ਲਾਉਣਾ ਇਹ ਉਹੀ ਗੱਲ ਹੈ ਨਰਵਲੀ ਜਦੋਂ ਜਿਹੜੀ ਦਾਸ ਪ੍ਰਥਾ ਖਤਮ ਕਰੀ ਇਹ ਉਹਦੇ ਨਾਲ ਜੁੜਦੀ ਗੱਲ ਹੈ ਵੀ ਜਿਹੜੇ ਲੋਕਾਂ ਨੂੰ ਫੜ ਕੇ ਉਹਨਾਂ ਦੀ ਬਲੀ ਦੇ ਜਾਂਦੇ ਸੀ ਨਰਵਲੀ ਦੇ ਜਾਂਦੇ ਸੀ ਜਿਹੜੀ ਉਹਨਾਂ ਤੇ ਰੋਕ ਲਾਈ ਸੋ 11 ਨੰਬਰ ਦੇਖਦੇ ਆਂ ਦੋਸਤੋ ਲਾਰਡ ਡਲਹੌਜੀ ਵੈਰੀ ਇੰਪੋਰਟੈਂਟ ਆ ਗਿਆ ਪੰਜ ਹੀ ਇੱਥੇ ਤੱਕ ਖਤਮ ਕਰਾਂਗੇ ਲੈਕਚਰ ਨੂੰ ਅਗਲੇ ਲੈਕਚਰਾਂ ਦੇ ਵਿੱਚ ਲੈ ਕੇ ਆਵਾਂਗੇ ਸਾਰਾ ਲਾਰਡ ਡਲਹੌਜੀ 1847 ਤੋਂ 56 ਦਾ ਸਮਾਂ ਇਹ ਇਹ ਯਾਦ ਰੱਖਿਓ 48 ਤੋਂ 56 ਦਾ ਸਮਾਂ ਜਦੋਂ ਆਪਾਂ ਇਹ ਸਮਾਂ ਯਾਦ ਕਰ ਲੈਨੇ ਆ ਨਾ ਤਾਂ ਸਾਡੇ ਬਹੁਤ ਸਾਰੇ ਘਟਨਾਵਾਂ ਤੇ ਕੰਮ ਯਾਦ ਆ ਜਾਂਦੇ ਨੇ ਵੀ ਕਿਹੜੇ-ਕਿਹੜੇ ਹੋਏ ਸੀ ਉਦੋਂ ਲਾਰਡ ਡਲਹੌਜੀ ਦਾ ਸਮਾਂ ਸੀ ਇਹਨੇ ਬਹੁਤ ਜ਼ਿਆਦਾ ਕੰਮ ਕੀਤੇ ਸੀ ਇਹ ਮਤਲਬ ਤੁਹਾਡੇ ਇਹਨਾਂ 50 ਪ੍ਰਸ਼ਨ ਕਵਰ ਕਰ ਦੂਗਾ ਤੁਸੀਂ ਮੇਰਾ ਧਿਆਨ ਰੱਖਿਓ ਇੱਕ ਤਾਂ ਆਧੁਨਿਕ ਭਾਰਤ ਦਾ ਸੰਸਥਾਪਕ ਬੋਲਿਆ ਜਾਂਦਾ ਇਹਨੂੰ ਜਿਹੜਾ ਹੁਣ ਹੁਣ ਦਾ ਭਾਰਤ ਹੈ ਨਾ ਮਤਲਬ ਇਹ ਲਾਰਡ ਡਲਹੌਜੀ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਰਾਜਾ ਰਾਮ ਮੋਹਨ ਰਾਏ ਸੀਗਾ ਉਹਨੂੰ ਆਧੁਨਿਕ ਭਾਰਤ ਦਾ ਪਿਤਾਮਾ ਬੋਲਿਆ ਜਾਂਦਾ ਹੈ ਸੋ ਇੱਕ ਇਹਨੇ ਕੰਮ ਕਰਿਆ ਸੀ ਵੀ ਗਰਮੀਆਂ 'ਚ ਭਾਰਤ ਦੀ ਰਾਜਧਾਨੀ ਸਿਮਲਾ ਬਣਾ ਲਈ ਸੀ ਇਹਨੇ ਕਿਉਂਕਿ ਆਪਣੇ ਇਹ ਗਰਮੀ ਬਹੁਤ ਹੁੰਦੀ ਹੈ ਜਦੋਂ ਗਰਮੀਆਂ ਹੁੰਦੀਆਂ ਸੀ ਉਦੋਂ ਭਾਰਤ ਦੇ ਵਿੱਚ ਰਾਜਧਾਨੀ ਛੜੀ ਇਹਨੇ ਸਿਮਲੇ ਦੇ ਵਿੱਚ ਅਨਾਉਂਸ ਕਰਤੀ ਸੀ ਵੀ ਉੱਥੇ ਕੰਮ ਹੋਇਆ ਕਰਨਗੇ ਰਾਜਧਾਨੀ ਦੇ ਨਾਲ ਸੰਬੰਧਿਤ ਜਿਹੜੇ ਕੰਮ ਹੁੰਦੇ ਨੇ ਸੋ ਪ੍ਰਸ਼ਨ ਪੁੱਛਿਆ ਜਾਂਦਾ ਵੀ ਗਰਮੀਆਂ ਦੀ ਰਾਜਧਾਨੀ ਸਿਮਲਾ ਬਣਾਉਣ ਵਾਲਾ ਕਿਹੜਾ ਬੰਦਾ ਸੀ ਲਾਡ ਡੱਲਹੌਜੀ ਰਸ਼ਨ ਇਹ ਵੀ ਪੁੱਛ ਲਿਆ ਜਾਂਦਾ ਵੀ ਗਰਮੀਆਂ ਦੇ ਵਿੱਚ ਲਾਰਡ ਦਲਹੌਜੀ ਨੇ ਭਾਰਤ ਦੀ ਰਾਜਸਤਾਨੀ ਕਿਹੜੀ ਅਨਾਉਂਸ ਕੀਤੀ ਸਿਮਲਾ ਸੋ ਪ੍ਰਾਂਤਾਂ ਨੂੰ ਜ਼ਿਲ੍ਹਿਆਂ 'ਚ ਵੰਡਣ ਵਾਲਾ ਜੀ ਪ੍ਰਾਂਤਾਂ ਨੂੰ ਜ਼ਿਲ੍ਹਿਆਂ 'ਚ ਵੰਡਣ ਵਾਲਾ ਆਹ ਗੱਲਾਂ ਨੂੰ ਯਾਦ ਰੱਖਿਓ ਰੇਲ ਡਾਕ ਤਾਰ ਸੇਵਾ ਸ਼ੁਰੂ ਕਰਨ ਵਾਲਾ ਆਹ ਜਿਹੜੀਆਂ ਨਿੱਕੀ ਨਿੱਕੀ ਘਟਨਾਵਾਂ ਸੀ ਨਾ ਜਿਹੜੀਆਂ ਗੱਲਾਂ ਸੀ ਇਹ ਸਾਰੀਆਂ ਸਹੂਲਤਾਂ ਮੈਂ ਇਸ ਬੰਦੇ ਨੇ ਸ਼ੁਰੂ ਕੀਤੀਆਂ ਸੀ ਰੇਲ 1853 ਦੇ ਵਿੱਚ ਸ਼ੁਰੂ ਕੀਤੀ ਦੇਖੋ 1853 ਬੰਬਈ ਤੋਂ ਥਾਣੇ ਤੱਕ ਚੱਲੀ ਸੀ ਇਹ ਇਹ ਪਹਿਲੀ ਰੇਲ ਏਸੇ ਬੰਦੇ ਨੇ ਚਲਾਈ ਸੀ ਇਹ ਲਾਈਨ ਪਵਾਈ ਸੀ ਨਾ ਜਿਹੜੀ ਏਸੇ ਨੇ ਪਵਾਈ ਸੀ 1853 ਦੇ ਵਿੱਚ ਰੇਲ ਡਾਰਕ ਡਾਰਕ ਘਰਦਾ ਜਿਹੜਾ ਡਾਰਕ ਸਿਸਟਮ ਸੀਗਾ ਹਨਾ ਉਹ ਇਹਨੇ ਚਲਾਇਆ ਤਾਰ ਸੇਵਾ ਇਹਨੇ ਸ਼ੁਰੂ ਕੀਤੀ ਅੱਗੇ ਬਹ ਸਰਵਜਨਕ ਵਿਭਾਗ ਦੀ ਸਥਾਪਨਾ ਤੇ ਲੈਫਟਸ ਦੀ ਨੀਤੀ ਅਪਣਾਉਣ ਵਾਲਾ ਇੱਥੇ ਗੱਲ ਮੇਨ ਬਣ ਜਾਂਦੀ ਆ ਕੇ ਪੁੱਛ ਲੈ ਜਾਂਦਾ ਵੀ ਲੈਫਟਸ ਦੀ ਨੀਤੀ ਕਿਹਨੇ ਅਪਣਾਈ ਲਾਰਡ ਡਲਹੌਜੀ ਨੇ ਸੋ ਪਹਿਲਾ ਜਿਹੜਾ ਲੈਫਟਸ ਦੀ ਨੀਤੀ ਦੇ ਅਧੀਨ ਲੈਫਟਸ ਦੀ ਨੀਤੀ ਦੇ ਮੁਤਾਬਕ ਇਹਨੇ ਪਹਿਲਾ ਮਤਲਬ ਕਬਜ਼ਾ ਕੀਤਾ ਜਿਹੜੇ ਕਬਜ਼ੇ ਕਹਿ ਸਕਦੇ ਆ ਜਿਹੜੇ ਸਾਮਰਾਜ ਨੂੰ ਲੈ 17 ਨੂੰ ਮਿਲਾਇਆ ਸੀ ਸਸੇ ਨੂੰ ਸਿਆਰੀ ਤੱਤੇ ਨੂੰ ਨਰਾਰੇ ਨੂੰ ਨਾਏ ਜੋੜ ਲਿਓ ਸਤਾਰਾ ਕਈ ਵਾਰਾ ਸੀ ਉਹ ਉੱਥੇ ਨਾ ਇੰਗਲਿਸ਼ ਚ ਹੀ ਲਿਖਿਆ ਆ ਜਾਂਦਾ ਇਕੱਲਾ ਸਤਾਰਾ ਉਹ ਅਸੀਂ ਉਹਨੂੰ ਕਿਸੇ ਉਹਦੇ ਨਾਲ 뮤직 ਨਾਲ ਜੋੜ ਲੈਂਦੇ ਆ ਹਨਾ ਪਰ ਸਤਾਰਾ ਇੱਥੇ ਇਹਦੇ ਨਾਲ ਸੰਬੰਧਤ ਹੈ ਲੈਫਟਸ ਦੀ ਨੀਤੀ ਦੇ ਮੁਤਾਬਕ 17 ਨੂੰ ਇਹਨੇ ਪਹਿਲਾਂ ਆਪਣੇ ਅਧੀਨ ਕੀਤਾ ਸੀ ਇੱਥੇ ਅੱਗੇ ਬੁੱਡ ਡਿਸਪੈਚ ਲਾਗੂ ਕਰਨ ਵਾਲਾ 1854 ਦੇ ਵਿੱਚ ਬੁੱਡ ਡਿਸਪੈਚ ਸਿੱਖਿਆ ਨਾਲ ਸੰਬੰਧਿਤ ਇੱਕ ਇੱਕ ਪਾਲਿਸੀ ਆਈ ਸੀ ਉਹ ਇਹਨੇ ਲਾਗੂ ਕੀਤੀ ਸੀ ਲੋਹੇ ਅਤੇ ਕੋਲੇ ਦਾ ਉਤਪਾਦਨ ਸ਼ੁਰੂ ਕਰਨ ਵਾਲਾ ਕਪਾ ਕਪਾ ਕੌਫੀ ਪਰਸਨ ਤੇ ਚਾਹ ਦੀ ਉਪਜ ਵਿੱਚ ਵਾਧਾ ਕਰਨ ਵਾਲਾ 1853 ਦੇ ਚਾਰਟਰਡ ਐਕਟ ਲਾਗੂ ਕਰਨ ਵਾਲਾ ਪੰਜਾਬ ਵਿਲਿਆ ਤੇ ਦੂਜਾ ਅੰਗਰੇਜ਼ ਸਿੱਖ ਜੁੱਧ ਜਿੱਤਣ ਵਾਲਾ 1856 ਵਿੱਚ ਵਿਧਵਾ ਵਿਆਹ ਨੂੰ ਮਨਜ਼ੂਰੀ ਦੇਣ ਵਾਲਾ ਥੋੜਾ ਜਿਹਾ ਹੌਚ ਪਹੁੰਚਣਾ ਹੋ ਜਾਓ ਕੱਲੀ ਕੱਲੀ ਗੱਲ ਮੈਂ ਸਮਝਾਉਣਾ ਪਹਿਲਾਂ ਤਾਂ ਤੁਹਾਨੂੰ ਇੱਥੇ ਗੱਲ ਇਹ ਦੱਸਦਾ ਵੀ ਪੰਜਾਬ ਵਿਲੇ ਵਾਲੀ ਕੀ ਗੱਲ ਹੈ ਪੰਜਾਬ ਵਿਲੇ ਦਾ ਮਤਲਬ ਹੈ ਇਹਨੇ ਅੰਗਰੇਜ਼ੀ 1849 ਤੱਕ ਪੰਜਾਬ ਨੂੰ ਇਹਨਾਂ ਨੇ ਅੰਗਰੇਜ਼ੀ ਸਾਮਰਾਜ ਚ ਮਲਾਇਆ ਨਹੀਂ ਸੀ 1849 ਚ ਆ ਕੇ ਇਹਨੇ ਦਲਹੌਜੀ ਨੇ ਪੰਜਾਬ ਨੂੰ ਮਤਲਬ ਇੱਕ ਤਰ੍ਹਾਂ ਦਾ ਹਰਾ ਲਿਆ ਉਹਦੇ ਅਧੀਨ ਕਰ ਲਿਆ ਅੰਗਰੇਜ਼ੀ ਸਾਮਰਾਜ ਚ ਮਲਾਲਿਆ ਸੀ 1849 ਦੇ ਵਿੱਚ ਆ ਕੇ ਦੂਜਾ ਅੰਗਰੇਜ਼ ਸਿੱਖ ਯੁੱਧ ਇਹ ਸੀ ਨੇ ਜਿੱਤਿਆ ਸੀ 1852 ਦੇ ਵਿੱਚ ਵਿਦਵਾ ਵਿਆਹ ਨੂੰ ਮਨਜ਼ੂਰੀ ਦਿੱਤੀ ਸੀ ਇਹ ਬੰਦਾ ਮਤਲਬ ਥੋੜੀ ਇਹਨੇ ਸੋਧਾਂ ਬਹੁਤ ਜ਼ਿਆਦਾ ਕੀਤੀਆਂ ਸੀ ਜਿਵੇਂ ਰੇਲ ਡਾਕ ਤਾਰ ਦੀ ਸੇਵਾ ਬਣਾਈ ਕਪਾਹ ਕਾਫੀ ਚਾਹ ਪਰਸਨ ਵਗੈਰਾ ਇਹ ਚੀਜ਼ਾਂ ਸ਼ੁਰੂ ਕੀਤੀਆਂ ਇਹਨੇ ਵਡਾਵਾ ਦਿੱਤਾ ਇਹਨਾਂ ਨੂੰ ਆਪਣੇ ਲਈ ਮਾੜਾ ਕੰਮ ਇਹਨੇ ਜ਼ਿਆਦਾ ਇਹੀ ਕਰਿਆ ਵੀ ਪੰਜਾਬ ਸਾਰਾ ਜਿਹੜਾ ਰਾਜ ਸੀ ਉਹਨੂੰ ਇਹਨੇ ਅੰਗਰੇਜ਼ੀ ਸਾਮਰਾਜ ਚ ਮਿਲਾ ਲਿਆ ਇਹ ਤੋਂ ਪਹਿਲਾਂ ਕਿਸੇ ਦੀ ਹਿੰਮਤ ਨਹੀਂ ਹੋਈ ਸੀ ਵੀ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਚ ਮਿਲਾ ਲਵੇ ਸੋ 1852 ਦੇ ਵਿੱਚ ਇਹਨੇ ਚੰਗਾ ਕੰਮ ਕੀਤਾ ਸੀ ਵਿਧਵਾ ਮਾਂ ਸੀ ਜਿਹੜੀਆਂ ਉਹਨਾਂ ਨੂੰ ਵਿਆਹ ਕਰਨ ਦਾ ਮਤਲਬ ਕੋਈ ਹੱਕ ਨਹੀਂ ਸੀ ਪਹਿਲਾਂ ਦਿੱਤਾ ਹੋਇਆ ਉਹੀ ਭਾਰਤ ਦੇ ਸੱਭਿਆਚਾਰ ਵਾਲੀ ਗੱਲ ਉਹੀ ਫੇਰ ਉੱਥੇ ਆ ਜਾਂਦੀ ਹੈ ਸੋ ਇਹਨੇ ਮਨਜ਼ੂਰੀ ਦਿੱਤੀ ਇਹ ਬੰਦਾ ਕਹਿੰਦਾ ਇਹਨਾਂ ਇਹ ਵੀ ਤਾਂ ਲੋਕ ਹੀ ਨੇ ਇਹਨਾਂ ਦੇ ਵੀ ਸਾਹ ਚੱਲਦੇ ਆ ਵੀ ਇਹਨਾਂ ਨੂੰ ਵੀ ਵਿਆਹ ਕਰਾਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਕਿਤੇ ਮਰਜ਼ੀ ਵਿਆਹ ਕਰਾਉਣ ਜਿਹੜੀਆਂ ਵਿਧਵਾ ਮਾਂ ਨੇ ਜਿਨ੍ਹਾਂ ਦੇ ਘਰ ਵਾਲਿਆਂ ਦੀ ਡੈਥ ਹੋ ਗਈ ਸੀ ਸੋ ਇਹ ਗੱਲ ਸੀ ਜਿਹੜੀ ਬੁੱਡ ਡਿਸਪੈਚ ਸੀਗਾ ਇਹ ਵੀ ਇੰਪੋਰਟੈਂਟ ਹੈ 1800 ਇਹ ਪੁੱਛਿਆ ਜਾਂਦਾ ਹੈ ਬੀ ਬੋਰਡ ਦਾ ਡਿਸਪੈਚ ਕਿਹਦੇ ਨਾਲ ਸੰਬੰਧਿਤ ਸੀ ਪ੍ਰਸ਼ਨ ਐ ਇਦਾਂ ਹੀ ਆਉਂਦਾ ਹੁੰਦਾ ਉਹ ਸਿੱਖਿਆ ਨਾਲ ਸੰਬੰਧਿਤ ਸੀ 1854 ਦੇ ਵਿੱਚ ਇਹ ਪਾਲਿਸੀ ਲਿਆਂਦੀ ਸੀ ਇਹਨਾਂ ਨੇ ਸੋ ਆਹ ਚਾਹ ਕੱਬ ਹੈਗਾ ਜਿਹੜਾ ਪਰਸਨ ਕਾਫੀ ਇਹਦੇ ਨਾਲ ਸੰਬੰਧ ਤੁਸੀਂ ਕਰ ਲੈਣਾ ਜਿਹੜਾ ਇਹ ਚਾਰਟਰਡ ਐਗੂ 1853 ਦਾ ਜਿਹੜਾ ਚਾਰਟਰਡ ਐਕਟ ਲਾਗੂ ਕੀਤਾ ਸੀ ਇਹਨੇ 1853 ਦਾ ਸੋ ਅੱਗੇ ਪਿੱਛੇ ਜੇ ਕੋਈ ਰਹਿ ਗਈ ਗੱਲ ਆਪਾਂ ਹੋਰ ਦੇਖ ਲੈਨੇ ਆ ਸਰਵਜਨਕ ਵਿਭਾਗ ਦੀ ਸਥਾਪਨਾ ਕੀਤੀ ਸੀ ਲੈਫਟਸ ਦੀ ਨੀਤੀ ਬਾਰੇ ਆਪਾਂ ਪੜ੍ਹ ਲਿਆ ਲੈਫਟਸ ਦੀ ਨੀਤੀ ਕੀ ਸੀ ਥੋੜਾ ਜਿਹਾ ਖੁੱਲ ਕੇ ਦੱਸ ਦਿੰਨੇ ਆ ਲੈਫਟਸ ਦੀ ਨੀਤੀ ਉਹ ਸੀ ਇਹਨੇ ਐਲਾਨ ਕਰ ਦਿੱਤਾ ਸੀ ਇੱਕ ਪਾਲਿਸੀ ਇਹਨੇ ਇੱਕ ਐਕਟ ਬਣਾ ਦਿੱਤਾ ਸੀ ਜਿਹਦਾ ਨਾਂ ਸੀ ਲੈਫਟਸ ਦੀ ਨੀਤੀ ਉਹਦੇ ਵਿੱਚ ਕੀ ਲਿਖਿਆ ਸੀ ਵੀ ਜੇ ਕਿਸੇ ਰਾਜੇ ਦੇ ਕੋਈ ਔਲਾਦ ਹੈ ਨਹੀਂ ਆਪਦੀ ਤਾਂ ਜਦੋਂ ਉਸ ਰਾਜੇ ਦੀ ਮੌਤ ਹੋ ਗਈ ਉਹਦੇ ਪਰਿਵਾਰ ਦਾ ਅੰਤ ਹੋ ਗਿਆ ਜਦੋਂ ਉਹਦੇ ਅੱਗੇ ਤਾਂ ਬੱਚਾ ਹੈ ਨਹੀਂ ਜਦੋਂ ਉਹਨਾਂ ਦੀ ਮੌਤ ਹੋ ਗਈ ਤਾਂ ਉਹ ਸਾਰੇ ਸਾਮਰਾਜ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਜਾਊਗਾ ਇਹ ਗੱਲ ਸੀ ਇਹਦੇ ਵਿੱਚ ਸਦਾਰਾ ਤੇ ਜਿਵੇਂ ਚਾਂਸੀ ਇਹ ਸਾਰੇ ਇਹਦੇ ਵਿੱਚ ਚਪੇਟ ਚ ਆ ਗਏ ਹੁਣ ਚਾਂਸੀ ਦੀ ਰਾਣੀ ਦੀ ਲੜਾਈ ਕੀ ਸੀ ਇਹਨਾਂ ਨਾਲ ਅੰਗਰੇਜ਼ਾਂ ਨਾਲ ਚਾਂਸੀ ਦੀ ਰਾਣੀ ਲక్ష్ਮੀਬਾਈ ਦੇ ਆਪ ਦਾ ਕੋਈ ਬੱਚਾ ਨਹੀਂ ਸੀ ਉਹਦਾ ਪਹਿਲਾ ਬੱਚਾ ਸੀ ਜਿਹੜਾ ਉਹਦੀ ਡੈਥ ਹੋ ਗਈ ਸੀ ਉਹ ਵੀ ਮਤਲਬ ਕਹਾਣੀਆਂ ਦੇ ਵਿੱਚ ਇਹੀ ਆ ਵੀ ਅੰਗਰੇਜ਼ਾਂ ਨੇ ਜਾਂ ਕਿਵੇਂ ਨਾ ਕਿਵੇਂ ਉਹਦੀ ਡੈਥ ਕਰਵਾਤੀ ਸੀ ਸੋ ਉਹ ਉਹਦੇ ਜਦੋਂ ਬੱਚਾ ਨਹੀਂ ਸੀਗਾ ਉਹਨੂੰ ਇਹਨਾਂ ਨੇ ਪਹਿਲੀ ਅਨਾਉਂਸਮੈਂਟ ਦਿੱਤੀ ਸੀ ਕਿ ਜਦੋਂ ਤੁਹਾਡੀ ਡੈਥ ਹੋ ਗਈ ਤਾਂ ਇਹ ਰਾਜ ਨੂੰ ਅਸੀਂ ਆਪ ਦੇ ਅਧੀਨ ਮਲਾ ਲਵਾਂਗੇ ਸੋਨੇ ਤਾਂ ਹੀ ਇਹ ਮਤਲਬ ਲੜਾਈ ਲੜੀ ਸੀ ਅੰਗਰੇਜ਼ਾਂ ਦੇ ਬਦ 1857 ਦੇ ਵਿੱਚ ਜਿਹੜਾ ਹੈਗਾ ਸੀਗਾ ਬਗਦਰੋਹ ਹੋਇਆ ਉਹ ਇਹਨਾਂ ਗੱਲਾਂ ਕਰਕੇ ਵੀ ਹੋਇਆ ਕਿਉਂਕਿ 1852 ਤੱਕ ਇਹ ਰਿਹਾ ਬੰਦਾ 1857 ਚ ਬਗਦਰੋਹ ਹੁੰਦਾ ਇਹਦੀਆਂ ਨੀਤੀਆਂ ਵੀ ਥੋੜੀਆਂ ਸਖਤ ਜ਼ਿਆਦੇ ਸੀਗੀਆਂ ਸੋ ਇਸੇ ਤਰ੍ਹਾਂ ਤੁਸੀਂ ਰਿਲੇਟ ਕਰਕੇ ਸਿੱਖਦੇ ਰਹੋ ਯਾਦ ਕਰਦੇ ਰਹੋ ਜੀ ਆਪਾਂ ਇਹਨੂੰ 1947 ਤੱਕ ਲੈ ਕੇ ਜਾਵਾਂਗੇ ਮਾਉਂਟ ਵੈਟਨ ਆਖਰੀ ਗਵਰਨਰ ਜਨਰਲ ਸੀ ਆਪਣਾ 1947 ਦੇ ਵਿੱਚ ਲਾਰਡ ਮਾਉਂਟ ਵੈਟਨ ਉਹਦੇ ਤੱਕ ਲੈ ਕੇ ਜਾਵਾਂਗੇ ਇਹ ਲੈਕਚਰ ਨੂੰ ਸੋ ਜੁੜੇ ਰਹੋ ਲੈਕਚਰ ਨਾਲ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ